ਇੱਥੇ ਇੱਕ ਪੁਰਾਣੀ ਮਿੱਲ ਸੀਗੀ ਜਿਨ੍ਹਾਂ ਨੂੰ ਉਹਨਾਂ ਨੇ ਹੁਣ ਹੋਟਲ ਦੇ ਵਿੱਚ ਕਨਵਰਟ ਕਰ ਦਿੱਤਾ ਹੈ। ਕੁਛ ਇਹੋ ਜਿਹੀਆਂ ਸੋਹਣੀਆਂ ਕਲਾਕ੍ਰਿਤੀਆਂ ਵੀ ਬਣੀਆਂ ਹੋਈਆਂ ਅਤੇ ਜਹਾਜ਼ ਦਾ ਵਿੰਗ ਰੱਖਿਆ ਹੋਇਆ ਤੋੜ ਕੇ ਪੂਰਾ ਹੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਦੁਬਾਰਾ ਇਸ ਚੈਨਲ ਦੇ ਉੱਤੇ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਪੈਂਦੇ ਇੱਕ ਸੋਹਣੇ ਜਿਹੇ ਅਤੇ ਖੂਬਸੂਰਤ ਸ਼ਹਿਰ ਦੇ ਵਿੱਚ ਜਿਹਦਾ ਨਾਂ ਹੈ ਹਾਂਡੌਰਫ। ਇਹ ਇੱਕ ਜਰਮਨ ਟਾਊਨ ਹੈ ਜੀ ਅਤੇ ਜਰਮਨ ਦੇ ਨਿਵਾਸੀ ਅੱਜ ਤੋਂ 183 ਸਾਲ ਪਹਿਲਾਂ ਆ ਕੇ ਵਸੇ ਸੀਗੇ ਅਤੇ ਉਹਨਾਂ ਦਾ ਵਸਾਇਆ ਹੋਇਆ ਖੂਬਸੂਰਤ ਜਿਹਾ ਇਲਾਕਾ ਹੈ। ਹੁਣ ਤਾਂ ਮਤਲਬ ਪੁਰਾਣਾ ਤਾਂ ਕੁਛ ਖਾਸ ਰਹਿ ਨਹੀਂ ਗਿਆ, ਪਰ ਇੱਕ ਗਲੀ ਹਜੇ ਵੀ ਇਹਨਾਂ ਨੇ ਜਿਹੜੀ ਆ ਸਾਂਭ ਕੇ ਰੱਖੀ ਹੋਈ ਆ ਅਤੇ ਅਸੀਂ ਉਹ ਤੁਹਾਨੂੰ ਦਿਖਾਵਾਂਗੇ। ਉਹਦੇ ਵਿੱਚ ਉਹਨਾਂ ਦੀਆਂ ਪੁਰਾਣੀਆਂ ਜਿਹੜੀਆਂ ਦੁਕਾਨਾਂ ਨੇ, ਕੁਛ ਖਾਣ ਪੀਣ ਦੀਆਂ ਨੇ, ਅਲੱਗ ਅਲੱਗ ਕਿਸਮਾਂ ਦੀਆਂ ਦੁਕਾਨਾਂ ਨੇ, ਅਤੇ ਉਹ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਅਤੇ ਜੁੜੇ ਰਹੋ ਸਾਡੇ ਨਾਲ। ਪਹੁੰਚ ਗਏ ਹਾਂ ਜੀ ਥਾਂ 'ਤੇ, ਪਰ ਸਾਡਾ ਸਵਾਗਤ ਕੀਤਾ ਜ਼ੋਰਦਾਰ ਮੀਂਹ ਨੇ। ਛੱਤਰੀ ਅਸੀਂ ਫੇਰ ਲੈ ਕੇ ਆਏ, ਭਿੱਜ ਰਹੇ ਹਾਂ ਰੱਜ ਕੇ। ਜਿੰਨਾ ਵੀ ਤੁਹਾਨੂੰ ਇੱਥੇ ਇਮਾਰਤਾਂ ਨਜ਼ਰ ਆ ਰਹੀਆਂ, ਜਿੰਨੀਆਂ ਵੀ ਸਭ ਪੁਰਾਣੀਆਂ ਬਣੀਆਂ ਹੋਈਆਂ, 1839 ਤੋਂ ਬਾਅਦ ਦੀਆਂ ਬਣੀਆਂ ਹੋਈਆਂ ਨੇ। ਇਹ ਪੂਰੀ ਗਲੀ ਇਹਨਾਂ ਨੇ ਸਾਂਭ ਕੇ ਰੱਖੀ ਹੋਈ ਆ, ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਨਾਲ ਕੀ ਕੁਛ ਹੈ। ਅਤੇ ਕੁਛ ਕੁ ਪਾਰਕਾਂ ਨੇ, ਕੁਛ ਕੁ ਪੁਰਾਣੇ ਕੈਫੇ ਨੇ, ਔਰ ਕੁਛ ਕਾਫੀ ਫੇਮਸ ਕੈਫੇ ਨੇ। ਔਰ ਜਰਮਨ ਖਾਣਾ ਇੱਥੇ ਬਹੁਤ ਜ਼ਬਰਦਸਤ ਮਿਲਦਾ ਕਹਿੰਦੇ, ਕਿਉਂਕਿ ਇਹ ਸਾਰਾ ਜਿਹੜਾ ਸ਼ਹਿਰ ਆ ਉਹ ਜਰਮਨ ਲੋਕਾਂ ਨੇ ਹੀ ਵਸਾਇਆ ਹੋਇਆ ਇੱਥੇ ਆ ਕੇ ਉਹਨਾਂ ਸਮਿਆਂ ਦੇ ਵਿੱਚ। ਬਿਲਡਿੰਗਾਂ ਚੈੱਕ ਕਰੋ ਯਾਰ, ਕਿੰਨੀ ਸਾਂਭ ਸੰਭਾਲ ਕੀਤੀ ਹੋਈ ਆ। 183 ਸਾਲ ਹੋ ਗਏ ਸ਼ਹਿਰ ਵਸੇ ਨੂੰ ਅਤੇ ਲਗਭਗ ਇੰਨੀਆਂ ਹੀ ਪੁਰਾਣੀਆਂ ਇਮਾਰਤਾਂ ਨੇ ਇਹ। ਅਤੇ ਕਾਪੜੇ ਵਾਲੇ ਵੀ ਆ ਜਿਹੜੇ ਕੋਲ ਸਾਂਭਦੇ ਨਹੀਂ, ਅਤੇ ਕਿਹ ਨੇ ਜਿਹਨਾਂ ਨੇ ਇੰਨਾ ਪੁਰਾਣਾ ਇਤਿਹਾਸ ਜਿਹੜਾ ਉਹ ਸਾਂਭ ਕੇ ਰੱਖਿਆ ਹੋਇਆ। ਇੱਥੇ ਇੱਕ ਪੁਰਾਣੀ ਮਿੱਲ ਸੀਗੀ ਜਿਨ੍ਹਾਂ ਨੂੰ ਉਹਨਾਂ ਨੇ ਹੁਣ ਹੋਟਲ ਦੇ ਵਿੱਚ ਕਨਵਰਟ ਕਰ ਦਿੱਤਾ ਆ। ਇੱਥੇ ਸੋਹਣਾ ਜਿਹਾ ਪੁਰਾਣਾ ਜਿਹੜਾ ਟਾਂਗਾ ਰੱਖਿਆ ਹੋਇਆ ਇਹਨਾਂ ਨੇ, ਗੱਡੀ ਜੀ ਬਣਾ ਕੇ ਰੱਖੀ ਹੋਈ ਆ ਇਹਦੀ। ਵਧੀਆ ਹਾਲਤ 'ਚ ਤਾਂ ਨਹੀਂ ਹੈਗੀ, ਪਰ ਫਿਰ ਵੀ ਸਾਂਭ ਸੰਭਾਲ ਇਹਨਾਂ ਨੇ ਪੂਰੀ ਕੀਤੀ ਹੋਈ ਆ। ਕਾਫੀ ਚੀਜ਼ਾਂ ਇੱਦਾਂ ਹੀ ਕਰਦੇ ਆ ਜਿਹੜੀਆਂ ਨਾ ਪੁਰਾਣੀਆਂ ਇਮਾਰਤਾਂ, ਇਹ ਜੇ ਮਿੱਲ ਹੁੰਦੀਆਂ ਜਾਂ ਕੁਛ ਇੱਦਾਂ ਦੀ ਚੀਜ਼ਾਂ ਹੁੰਦੀਆਂ ਜਿਹੜੀਆਂ ਇਹਨਾਂ 'ਤੇ ਕੰਮ ਦੀਆਂ ਨਹੀਂ ਹੁੰਦੀਆਂ, ਉਹ ਬਦਲ ਕੇ ਹੋਟਲ ਹੋਟਲ ਬਣਾ ਦਿੰਦੇ ਆ। ਕਿੱਥੇ ਇਟੈਲੀਅਨ ਰੈਸਟੋਰੈਂਟ ਆ। ਤੁਸੀਂ ਇੱਥੇ ਜਰਮਨੀ ਦੇ, ਇਟਲੀ ਦੇ, ਸਵਿਟਜ਼ਰਲੈਂਡ ਦੇ ਝੰਡੇ ਜਿਹੜੇ ਲੱਗੇ ਦੇਖੋਗੇ, ਉੱਥੋਂ ਦਾ ਖਾਣਾ ਤੁਸੀਂ ਇੱਥੇ ਟਰਾਈ ਕਰ ਸਕਦੇ ਹਾਂ। ਬਹੁਤ ਹੀ ਸੋਹਣੀ ਜਗ੍ਹਾ ਆ, ਐਡੀਲੇਡ ਸ਼ਹਿਰ ਤੋਂ ਕੋਈ ਅੱਧੇ ਕੁ ਘੰਟੇ ਦੀ ਡਰਾਈਵ 'ਤੇ ਆ। ਕੁਛ ਕੁ ਸੋਹਣੀਆਂ ਲੋਕਲ ਦੁਕਾਨਾਂ ਵੀ ਨੇ, ਜਿਵੇਂ ਆਪਣੇ ਬੱਸ ਅੱਡਿਆਂ 'ਤੇ ਲੱਗੇ ਹੁੰਦਾ ਸਟੋਲ ਲੱਗਾ ਹੁੰਦਾ, ਇੱਦਾਂ ਦਾ ਕੁਛ ਫੀਲ ਆ ਰਿਹਾ ਇੱਥੇ ਦੇਖ ਕੇ। ਜਨਰਲ ਸਟੋਰ ਇੱਥੇ ਮਿਲਦੀਆਂ ਜੀ, ਉੱਨ ਦੀਆਂ ਬਣੀਆਂ ਚੀਜ਼ਾਂ, ਵੂਲਨ ਮਿੱਲ, ਲੈਦਰ ਦੀਆਂ ਬਣੀਆਂ ਚੀਜ਼ਾਂ ਅਤੇ ਹੋਰ ਇਹੋ ਜਿਹਾ ਸਾਜੋ ਸਮਾਨ। ਲਓ ਜੀ ਸਵਿਟਜ਼ਰਲੈਂਡ ਦਾ ਝੰਡਾ ਦੇਖ ਲਓ, ਐਂਟੀਕ ਸ਼ੌਪ। ਇੱਕ ਆਇਆ ਸ਼ੈਲ ਦਾ ਨਿੱਕਾ ਜਿਹਾ ਪੰਪ, 185 ਨੂੰ ਪੈਟਰੋਲ ਆ, 210 ਨੂੰ ਡੀਜ਼ਲ ਆ, ਮਤਲਬ $1.86 ਦਾ ਪੈਟਰੋਲ ਅਤੇ $2.10 ਦਾ ਡੀਜ਼ਲ। ਚੀਕਾਂ ਕਢਾ ਰੱਖੀਆਂ ਸਾਰਿਆਂ ਦੀਆਂ ਇਸ ਵੇਲੇ ਪੈਟਰੋਲ ਨੇ ਅਤੇ ਡੀਜ਼ਲ ਨੇ ਖਾਸ ਕਰਕੇ। ਥੋੜ੍ਹਾ ਜਿਹਾ ਘੁੰਮਣ ਤੋਂ ਬਾਅਦ
लगी भुख तो कैफे के बच्चे आया काफ़ी पुराना कैफे बनाया हुआ है पुरानी इटा लगे हुई हैं तो उत्ते ही सामान संभाल के रखे कुछ खावे जब तक तुम देखो कैफे जाके कॉफी के मगे आ चुके हैं कहते बहुत वधिया कॉफी होंगी इतने की चलो ट्राई करते हैं फिर देखते हैं अगला प्रोग्राम की कुछ यहोजियां सोहनिया कलाकृतियां भी बनिया हुई हैं इतने कदे धुप निकल रही है कदे मीह पै रहा है मौसम का कुछ समझ नहीं आ रही हैगी कड़ाके की धुप निकली हुई है कुछ कु सोहने सोहने घर पूरी गली बहुत वधिया बनाई हुई है इन्होंने पूरी स्ट्रीट आ पर घूम के स्वाद आ रहा पूरा कुछ कपड़े दियां दुकानां और सामने गेट आया ये कोई यादगार बनी हुई है सन लिखा उत्ते 1839 तो 1939 बोर्ड ते कुछ जानकारी लिखी हुई है और जेडे बंदे दा तुसी बुत देख रहे हैं डर्क हान कैप्टन इहदे नाम ते बनिया होया है शहर दा नाम हानहॉफ सोहना जिहा पार्क बनाया छोटा जिहा ਇਹਦਾ ਇਤਿਹਾਸ ਅਸੀਂ ਬਾਹਰ ਪੜ੍ਹ ਰਹੇ ਸੀਗੇ ਇੱਥੇ ਲਿਖਿਆ ਸੀਗਾ ਵੀ ਜਦੋਂ 1849 ਦੇ ਵਿੱਚ ਇਹ ਸੂਬਾ ਕੱਟਿਆ ਗਿਆ ਸਾਊਥ ਆਸਟ੍ਰੇਲੀਆ ਦਾ ਤਾਂ ਬਾਹਰੋਂ ਇਹਨਾਂ ਨੇ ਕੁਝ ਲੋਕ ਲਿਆ ਕੇ ਵਸਾਏ ਜਿਨ੍ਹਾਂ 'ਚੋਂ ਜਰਮਨ ਲੋਕ ਸੀਗੇ ਜਿਹੜੇ ਇੱਥੇ ਪਹੁੰਚੇ ਆਹ ਇਲਾਕੇ ਦੇ ਵਿੱਚ ਉਹ ਫੂਡ ਵੈਜੀਟੇਬਲ ਮਾਰਕੀਟ ਉਹਨਾਂ ਨੇ ਅਸਟੈਬਲਿਸ਼ ਕੀਤੀ ਇੱਥੇ ਫਾਰਮ ਅਸਟੈਬਲਿਸ਼ ਕੀਤੇ ਜਿਹੜਾ ਸਮਾਨ ਉਹ ਜਿਹੜਾ ਐਡੀਲੇਡ ਸ਼ਹਿਰ ਮੇਨ ਜਿਹੜਾ ਇੱਥੋਂ ਕੁਛ 40 किलोमीटर दूर है उत्थे जाके वेचते सीगे काफ़ी इतिहास जिहड़ा इन्होंने अपना सामभ के रखे हुआ एक बारी फिर तो मीह जोरां ते शुरू हो गया तो असीं फिर खड़ गए ने बाहर स्पेशल बोर्ड लगा भी होया कुत्ते नहीं लिया गया उन्हें पर गोरे कत्थे डाल दिया चलते चलते पहुंचे हैं एक कैफे दे विच बहुत ही सोहना बनया हुआ गार्डन कैफे बच्चों के खेडन वास्ते जगह एंट्री बहुत ही सोहनी बनी हुई है लग्या जी जर्मनी का झंडा इतने बनी यादगार बनी है जेड़े फौजी शहीद होए वर्ल्ड वार दे विच वर्ल्ड वार टू दे विच इधर लिखा इतिहास दूजी संसार जंग 1939 तो 1945 तक जी चली वो जेड़े शहीद होए लड़के
ਉਹਦਾ ਵੇਰਵਾ ਲਿਖਿਆ ਹੋਇਆ ਤੇ ਨਾਲ ਹੀ ਇਹਦੇ ਬਣੀ ਹੋਈ ਆ ਸੋਹਣੀ ਜਿਹੀ ਪਾਰਕ ਜ਼ਿਆਦਾ ਵੱਡੀ ਨਹੀਂ ਹੈਗੀ ਅਤੇ ਇੱਕ ਨਾਲਾ ਜਿਹਾ ਵਗ ਰਿਹਾ ਉਹਦੇ ਉੱਤੋਂ ਦੀ ਪੁੱਲ ਬਣਾਇਆ ਹੋਇਆ ਇਹਨਾਂ ਨੇ ਅੰਦਰ ਜਾਣ ਵਾਸਤੇ ਬਾਕੀ ਪਾਰਕ 'ਚ ਕੁਛ ਖਾਸ ਦੇਖਣ ਵਾਲਾ ਹੈ ਨਹੀਂ ਬਸ ਇਹੋ ਜਿਹਾ ਰਸਤਾ ਬਣਿਆ ਅਤੇ ਮਾੜਾ ਮੋਟੇ ਝੂਲੇ ਲੱਗੇ ਹੋਏ ਨਿਆਣਿਆਂ ਵਾਸਤੇ ਚਾਰੋਂ ਪਾਸੇ ਇੱਕ ਨਾਲਾ ਜਿਹਾ ਵਗੀ ਜਾਂਦਾ ਹੁਣ ਮਿਲਾ ਕੇ ਇਲਾਕਾ ਸੋਹਣਾ ਆ ਪਰਿਵਾਰ ਨਾਲ ਆ ਕੇ ਵਧੀਆ ਟਾਈਮ ਜਿਹੜਾ ਇੱਥੇ ਬਿਤਾ ਸਕਦੇ ਹਾਂ ਅਤੇ ਸ਼ਹਿਰ ਤੋਂ ਖਾਸਾ ਦੂਰ ਵੀ ਨਹੀਂ ਹੈਗਾ ਕਾਫੀ ਚੀਜ਼ਾਂ ਆ ਜਿਹੜੀਆਂ ਸ਼ਹਿਰ ਦੇ ਆਲੇ ਦੁਆਲੇ ਵਸੀਆਂ ਹੋਈਆਂ ਅਤੇ ਜਿਹੜੇ ਆਮ ਤੌਰ 'ਤੇ ਲੋਕ ਧਿਆਨ ਨਹੀਂ ਦਿੰਦੇ ਹੈਗੇ ਉਹ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਵਲੋਗਾਂ ਦੇ ਵਿੱਚ ਵੀ ਸਾਰੀਆਂ ਥਾਵਾਂ ਜਿਹੜੀਆਂ ਦੇਖ ਸਕੀਏ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਸਾਡੇ ਨਾਲ ਅਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਦੇ ਰਹੋ ਇੱਕ ਬਿਲਡਿੰਗ ਨਜ਼ਰ ਆਈ ਆ ਛੋਟਾ ਜਿਹਾ ਘਰ ਬਣਿਆ ਜਿਹਦੇ ਲਿਖਿਆ ਹੋਇਆ ਵੀ ਜੌਨ ਗੋਟਲੋਬ ਨਾਮ ਦੇ ਬੰਦੇ ਦੇ ਨਾਮ 'ਤੇ ਸੀਗਾ ਇਹ ਘਰ ਜਿਹੜਾ ਕਿ 28 ਦਸੰਬਰ 1838 ਨੂੰ ਬਣਿਆ ਸੀਗਾ ਕਹਿੰਦੇ ਇਹ ਘਰ ਹੁਣ ਤਾਂ ਇਹ ਸ਼ੋਪ 'ਚ ਕਨਵਰਟ ਕਰ ਦਿੱਤਾ ਗਿਆ ਤੁਸੀਂ ਫਿਰ ਵੀ ਦੇਖ ਸਕਦੇ ਹੋ ਘਰ ਸੋ ਮੋਸਟਲੀ ਜਿਹੜੀਆਂ ਸ਼ੋਪਾਂ ਨੇ ਇਹ ਲੋਕਾਂ ਦੇ ਘਰ ਸੀਗੇ ਔਰ ਲੋਕ ਤਾਂ ਚਲੇ ਗਏ ਹੁਣ ਇੱਥੋਂ ਹੁਣ ਉਹਨੂੰ ਬਦਲ ਕੇ ਦੁਕਾਨਾਂ ਦੇ ਵਿੱਚ ਕਨਵਰਟ ਕੀਤਾ ਹੋਇਆ ਮੋਸਟ ਆਫ ਦਾ ਸ਼ੋਪਸ ਜਿਹੜੀਆਂ ਇੱਦਾਂ ਹੀ ਆ ਕੁਛ ਕੁ ਫੈਮਿਲੀ ਬਿਜ਼ਨਸਿਸ ਨੇ ਇੱਥੇ ਲੋਕਲ ਇੱਥੇ ਇੱਕ ਆਇਆ ਜੀ ਐਬੋਰੀਜਨਲ ਆਰਟ ਹਾਊਸ ਮਿਊਜ਼ੀਅਮ ਸੀਗਾ ਇਹ ਜਿਹੜੇ ਆਸਟ੍ਰੇਲੀਆ ਦੇ ਅਸਲੀ ਨਿਵਾਸੀ ਆ ਮੂਲ ਨਿਵਾਸੀ ਆ ਜਿਹੜੇ ਉਹਨਾਂ ਦਾ ਕੁਛ ਸਮਾਨ ਇੱਥੇ ਅੰਦਰ ਹੈਗਾ ਉਹਨਾਂ ਦੀਆਂ ਆਰਟਸ ਨੇ ਪਰ ਅੱਜ ਇਹ ਬੰਦ ਹੈ ਅੱਜ ਤਾਂ ਆਪਾਂ ਨਹੀਂ ਦੇਖ ਪਾਵਾਂਗੇ ਇਹਨੂੰ ਫਿਰ ਕਿਸੇ ਦਿਨ ਸਹੀ ਬਾਈ ਇੱਕ ਪੁੱਠਾ ਕਰਕੇ ਦੱਬਤਾ ਜੀ ਜ਼ਮੀਨ ਦੇ ਵਿੱਚ ਸੋਹਣਾ ਬਣਾਇਆ ਚਮੜੇ ਦਾ ਸਮਾਨ ਲੈਣ ਲਈ ਲੈਦਰ ਸਮਿਥ ਉਵੇਂ ਦੀਆਂ ਪੁਰਾਣੀਆਂ ਦੁਕਾਨਾਂ ਸਾਂਭ ਕੇ ਰੱਖੀਆਂ ਹੋਈਆਂ ਜੀ ਹੋਰ ਜਰਮਨ ਗਿਫਟ ਸ਼ੋਪ ਸੋਹਣਾ ਬਣਿਆ ਸਾਰਾ ਕੁਛ ਕੁਛ ਕੁ ਨਰਸਰੀਆਂ ਨੇ ਵੀ ਸੋਹਣਾ ਪੁਰਾਣੀ ਗੱਡੀ ਜਹਾਜ਼ ਦਾ ਵਿੰਗ ਰੱਖਿਆ ਹੋਇਆ ਤੋੜ ਕੇ ਪੂਰਾ ਹੀ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ ਤੁਸੀਂ ਖਰੀਦ ਕੇ ਘਰ ਵੀ ਲਿਜਾ ਸਕਦੇ ਹੋ ਆਪਣੇ ਗਾਰਡਨ 'ਚ ਸਜਾਉਣ ਵਾਸਤੇ ਜਹਾਜ਼ ਦੇ ਪਰ ਤੋਂ ਲੈ ਕੇ ਗੱਡੀਆਂ ਪੁਰਾਣੀਆਂ ਪਵਨ ਚੱਕੀਆਂ ਅਤੇ ਕੁਝ ਹੋਰ ਪੁਰਾਣਾ ਸਮਾਨ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਇੱਥੇ ਮਤਲਬ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਪਿੱਛੇ ਐਂਡ ਤੱਕ ਆ ਗਏ ਹਾਂ ਇਹਦੇ ਪਰ ਸਮਾਨ ਜਿਹੜਾ ਮੁੱਕਣ 'ਚ ਨਹੀਂ ਆ ਰਿਹਾ ਹੋਇਆ ਪੁਰਾਣੀ ਕੋਈ ਟ੍ਰੈਫਿਕ ਲਾਈਟ ਕੁਛ ਕੁ ਵਧੀਆ ਪੱਥਰ ਦੀਆਂ ਘੜੀਆਂ ਹੋਈਆਂ ਇਹ ਕਲਾਕ੍ਰਿਤੀਆਂ ਬੋਨਜ਼ਾਈ ਦਰਖਤ ਅਲੱਗ ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਬੋਨਜ਼ਾਈ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੈ ਉਹਨੂੰ ਦੱਸ ਦਈਏ ਕਿ ਇਹ ਜਪਾਨੀ ਤਕਨੀਕ ਨਾਲ ਬਣਾਏ ਜਾਂਦੇ ਦਰਖਤ ਆ 30 ਸਾਲ ਪੁਰਾਣਾ ਕਾਇੰਡ ਆਫ ਡਵਾਰਫ ਟਰੀਜ਼ ਹੁੰਦੇ ਨੇ ਮਤਲਬ ਬੌਣੇ ਦਰਖਤ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਲਓ ਜੀ ਤਰਖਾਣਾ ਦਾ ਸਮਾਨ ਸਾਰਾ ਮਿਲ ਜਾਏਗਾ
कुछ 12 सिंगां दे सिंघ भी खरीद सकते हो, कंगारुआं की खोपड़ी, सोहना समान रखा हुआ सारे। असी तो लंघ चले सी मोर दी, पर असी फैसला किया भी देख के चलिए, वधिया रहा। काफ़ी पुराना खूह, काफ़ी साल पुराना खूह लग रहा देखण नूं। अंदर तो फिर कुल मिला के साडा सफर जिहड़ा हैंड होर्स का या हैंड होर्स जिदा भी वो खत्म होने आ रहा। सफर साडा बहुत वधिया रहा इत्थों तक। वो साडी गड्डी खड़ी है, इस तो बाद देखते हैं असी अगला किधर जाने या फिर घर वल जाने, डिसाइड करते हैं हजे।